ਗਰੀਬੀ ਦਾ ਵਿੱਚ ਰਹਿੰਦਿਆਂ ਹੋਇਆਂ ਭਾਈ ਧਰਮਾ ਆਪਣੇ ਪੁੱਤ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਸਿੱਖਿਆ ਦੇ ਨਾਲ ਨਾਲ ਗੁਰੂ ਤੇ ਭਰੋਸੇ ਦੀਆਂ ਸਾਖੀਆਂ ਵੀ ਸੁਣਾਉਂਦਾ ਰਹਿੰਦਾ। ਦੋਨਾਂ ਪਿਓ ਪੁੱਤ ਦੇ ਵਿੱਚ ਆਈ ਗਈ ਸੰਗਤ ਦੀ ਸੇਵਾ ਕਰਨ ਦਾ ਬੜਾ ਚਾਅ ਹੈ। ਅੱਜ ਭਾਈ ਧਰਮੇ ਦਾ ਪੁੱਤਰ ਭਾਈ ਸਾਧੂ ਆਪਣੀ ਮਾਂ ਨੰਦ ਕੌਰ ਨੂੰ ਜਾ ਕੇ ਕਹਿਣ ਲੱਗਿਆ, ਮਾਂ ਅੱਜ ਜੇ ਸਾਡੇ ਘਰ ਚਾਰ ਪੈਸੇ ਵੱਧ ਹੁੰਦੇ ਤਾਂ ਅਸੀਂ ਵੀ ਗੁਰੂ ਦੀ ਸੇਵਾ ਕਰਦੇ, ਅਸੀਂ ਸੰਗਤਾਂ ਦੀ ਸੇਵਾ ਕਰਦੇ, ਸਾਡੇ ਘਰ ਵੀ ਸੰਗਤਾਂ ਆਉਂਦੀਆਂ, ਸੰਗਤਾਂ ਦੀ ਸੇਵਾ ਕਰਨ ਦਾ ਸਾਨੂੰ ਲਾਭ ਪ੍ਰਾਪਤ ਹੁੰਦਾ। ਭਾਈ ਸਾਧੂ ਦੀ ਮਾਂ ਨੇ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਕਿਹਾ, ਪੁੱਤ ਉਹ ਗੁਰੂ ਬੜਾ ਸਮਰੱਥ ਹੈ, ਉਹ ਗੁਰੂ 'ਤੇ ਭਰੋਸਾ ਹੋਣਾ ਚਾਹੀਦਾ ਹੈ। ਗੁਰੂ ਤਾਂ ਇੱਥੇ ਅਤੇ ਉੱਥੇ ਦੀ ਵੀ ਗਰੀਬੀ ਕੱਟ ਦਿੰਦਾ। ਇੱਕ ਦਿਨ ਪਤਾ ਨਹੀਂ ਭਾਈ ਸਾਧੂ ਨੂੰ ਕਿੱਥੋਂ ਚਾਅ ਚੜਿਆ, ਕੰਮ ਕਾਰ ਕਰਦਿਆਂ ਹੀ ਮੈਲੇ ਕੱਪੜੇ ਪਾਇਆਂ ਹੀ ਆਪਣੇ ਪਿਤਾ ਧਰਮੇ ਨੂੰ ਕਹਿਣ ਲੱਗਿਆ, ਪਿਤਾ ਜੀ ਅੱਜ ਦਿਲ ਕਰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰ 'ਤੇ ਜਾਵਾਂ। ਪਿਤਾ ਜੀ ਜੇ ਸੱਚ ਹੀ ਉਹ ਗਰੀਬ ਨਿਵਾਜ਼ ਹੈ ਆਪਣੀ ਵੀ ਗਰੀਬੀ ਕੱਟ ਦੇਗਾ। ਚਲੋ ਪਿਤਾ ਜੀ ਮੈਂ ਆਪਣੇ ਗੁਰੂ ਦੇ ਦੀਦਾਰੇ ਕਰਨਾ ਚਾਹੁੰਦਾ। ਅਤੇ ਇਹ ਦੋਨੋਂ ਪਿਓ ਪੁੱਤ ਅੰਮ੍ਰਿਤਸਰ ਪਹੁੰਚੇ। ਗੁਰੂ ਦਾ ਦਰਬਾਰ ਸਜਿਆ ਹੋਇਆ, ਬੜੇ ਸੋਹਣੇ ਸੰਗਤਾਂ ਨੇ ਕੱਪੜੇ ਪਾਏ ਹੋਏ ਨੇ, ਧਨੀ ਤੋਂ ਧਨੀ ਅਮੀਰ ਤੋਂ ਅਮੀਰ ਵਿਅਕਤੀ ਆ ਕੇ ਗੁਰੂ ਦੇ ਦਰ 'ਤੇ ਭੇਟਾ ਰੱਖ ਰਿਹਾ ਅਤੇ ਗੁਰੂ ਨੂੰ ਸੀਸ ਝੁਕਾ ਰਿਹਾ। ਇਹ ਦੂਰ ਹੋ ਕੇ ਬੈਠ ਗਏ, ਇਹਨਾਂ ਨੂੰ ਆਪਣੇ 'ਤੇ ਘਿਰਨਾ ਵੀ ਆਈ, ਕਿੱਥੇ ਸਾਡੇ ਮੈਲੇ ਕਚੈਲੇ ਕੱਪੜੇ ਪਾ ਕੇ ਗੁਰੂ ਦੇ ਦਰ 'ਤੇ ਆ ਗਏ। ਕੁਝ ਵਿਅਕਤੀਆਂ ਨੇ ਮੈਲੇ ਕੱਪੜੇ ਵੇਖ ਕੇ ਵੀ ਇਹਨਾਂ ਨੂੰ ਦੂਰ ਕੀਤਾ, ਪਰ ਭਾਈ ਧਰਮੇ ਨੂੰ ਵਿਸ਼ਵਾਸ ਸੀ ਕਿ ਮੇਰੇ ਪੁੱਤਰ ਨੂੰ ਜ਼ਰੂਰ ਗੁਰੂ ਪਿਆਰ ਦਏਗਾ। ਦੋਨੋਂ ਪਿਓ ਪੁੱਤ ਆਨੰਦ ਵਿੱਚ ਅੱਖਾਂ ਮੀਚ ਕੇ ਬੈਠੇ ਨੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਅੰਤਰਜਾਮੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਭਾਈ ਧਰਮੇ ਨੂੰ ਕੋਲ ਸੱਦਿਆ, ਪਿਆਰ ਨਾਲ ਪੁੱਛਿਆ, ਭਾਈ ਕਿੱਥੋਂ ਆਏ ਹੋ ਗੁਰਸਿੱਖੋ? ਕਹਿਣ ਲੱਗੇ, ਜੀ ਪਮੱਲਾ ਜਗਰਾਓਂ ਦੇ ਕੋਲ ਤੋਂ ਆਇਆ। ਕੀ ਕੰਮ ਕਰਦੇ ਹੋ? ਆਪ ਜੀ ਦੀ ਕਿਰਪਾ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਕਰਕੇ ਗੁਜ਼ਾਰਾ ਕਰ ਲਈਦਾ ਜੀ। ਇਹ ਮੇਰਾ ਪੁੱਤਰ ਹੈ ਭਾਈ ਸਾਧਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਧਰਮੇ ਮੰਗ ਕੀ ਮੰਗਣਾ? ਭਾਈ ਧਰਮੇ ਨੇ ਹੱਥ ਜੋੜੇ, ਪਾਤਸ਼ਾਹ ਜੀ ਮੰਗਣਾ ਹੀ ਕੁਛ ਨਹੀਂ ਆਉਂਦਾ। ਪਾਤਸ਼ਾਹ ਜੀ ਨੇ ਕਿਹਾ, ਧਰਮੇ ਮੰਗ। ਪਾਤਸ਼ਾਹ ਜੀ ਜੇ ਤੁੱਠੇ ਹੋ ਆਪਣਾ ਬਣਾ ਲਓ, ਮੰਗਣਾ ਕੁਝ ਨਹੀਂ ਜੇ ਆਉਂਦਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਭਾਈ ਧਰਮੇ ਨੂੰ ਕੁੱਟ ਕੇ ਗਲਵੱਕੜੀ 'ਚ ਲਿਆ। ਕਹਿਣ ਲੱਗੇ, ਧਰਮਿਆ ਅੱਜ ਤੈਨੂੰ ਮੈਂ ਜੋ ਦੇਣ ਲੱਗਿਆ ਮਨਜ਼ੂਰ ਕਰੋਗੇ? ਭਾਈ ਧਰਮੇ ਨੇ ਗੁਰੂ ਸਾਹਿਬ ਜੀ ਦੇ ਚਰਨ ਪਕੜੇ, ਪਾਤਸ਼ਾਹ ਜੀ ਮੇਰੇ ਕੋਲੋਂ ਕੀ ਗੁਸਤਾਖੀ ਹੋ ਗਈ? ਭਾਈ ਧਰਮਿਆ ਜੇ ਗੁਰੂ ਕੋਲੋਂ ਆਪਣੇ ਬਣਾਉਣ ਦੀ ਮੰਗ ਮੰਗੀ ਆ ਨਾ, ਮੇਰੇ ਪੰਜ ਪੁੱਤਰ ਨੇ, ਗੁਰਦਿੱਤਾ ਜੀ, ਸੂਰਜਮੱਲ ਜੀ, ਅਣੀ ਰਾਏ ਜੀ, ਅਟਲ ਜੀ, ਤੇਗ ਬਹਾਦਰ ਜੀ, ਇਹਨਾਂ ਪੰਜਾਂ ਦੀ ਇੱਕੋ ਇੱਕ ਭੈਣ ਵੀਰੋ, ਮੇਰੀ ਬੇਟੀ ਬੀਬੀ ਵੀਰੋ ਦਾ ਰਿਸ਼ਤਾ ਮੈਂ ਤੇਰੇ ਪੁੱਤ ਦੇ ਨਾਲ ਕਰਕੇ ਮੈਂ ਤੇਰੇ ਨਾਲ ਲੋਕ ਅਤੇ ਪ੍ਰਲੋਕ ਦੀ ਰਿਸ਼ਤੇਦਾਰੀ ਬਣਾਉਣੀ ਚਾਹੁੰਦਾ। ਤਨ ਦੀ ਗਰੀਬੀ ਨਹੀਂ ਵੇਖੀ, ਮਨ ਦੀ ਅਮੀਰੀ ਵੇਖੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਭਾਈ ਸਾਧੂ ਨਾਲ ਆਪਣੀ ਬੇਟੀ ਦਾ ਰਿਸ਼ਤਾ ਜੋੜਿਆ। ਅੰਮ੍ਰਿਤਸਰ ਦੀ ਪਹਿਲੀ ਜੰਗ ਤੋਂ ਅਗਲੇ ਦਿਨ ਭਾਈ ਲੰਗਾਹ ਦੇ ਘਰ ਝਵਾਲ ਵਿਖੇ ਆਪਣੀ ਬੇਟੀ ਬੀਬੀ ਵੀਰੋ ਦਾ ਰਿਸ਼ਤਾ ਭਾਈ ਸਾਧੂ ਜੀ ਨਾਲ ਕੀਤਾ। ਭਾਈ ਸਾਧੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫੁੱਫੜ ਸੀ। ਇਹਨਾਂ ਦੇ ਅੱਗੇ ਪੰਜ ਪੁੱਤਰ ਹੋਏ, ਸੰਘੋ ਸ਼ਾਹ, ਗੁਲਾਬ ਚੰਦ, ਜੀਤਮੱਲ, ਗੰਗਾ ਰਾਮ, ਮਹਾਰੀ ਜੀ। ਸੋ ਭੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਬੀਬੀ ਵੀਰੋ ਦੇ ਪੰਜ ਪੁੱਤਰ ਮੈਦਾਨੇ ਜੰਗ ਵਿੱਚ ਲੜਦਿਆਂ ਸਾਥ ਦਿੰਦੇ ਨੇ। ਦੋ ਪੁੱਤਰ ਸ਼ਹੀਦੀਆਂ ਵੀ ਪ੍ਰਾਪਤ ਕਰਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਇਹਨਾਂ ਨੂੰ ਉਪਾਧੀਆਂ ਵੀ ਦਿੰਦੇ ਨੇ। ਜੀਤਮੱਲ ਹਠੀ ਹੈ, ਗੁਲਾਬ ਚੰਦ ਗਾਜੀ ਹੈ, ਗੰਗਾ ਰਾਮ ਵਰਗਾ ਕੋਈ ਤੀਰ ਅੰਦਾਜ਼ ਨਹੀਂ, ਮੋਹਰੀ ਹੌਸਲੇ ਦੀ ਮੂਰਤ ਹੈ। ਸੋ ਇਹ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਅਪਰ ਅਪਾਰ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਅੱਗੇ ਭੇਜੋ। ਸਾਡੇ ਚੈਨਲ ਫੇਸਬੁੱਕ ਅਤੇ ਯੂਟਿਊਬ ਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ, ਤਾਂ ਕਿ ਹਰ ਪਹਿਲੀ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਜੀ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।